ਕਾਦੀਆਂ ਦੇ ਨੂਰ ਹੋਸਪਿਟਲ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਅਤੇ ਸਿਵਲ ਹੋਸਪਿਟਲ ਤੋਂ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ 500 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਨੂਰ ਹਸਪਤਾਲ ਜਿੱਥੇ ਕਿ ਅਹਿਮਦੀਆ ਯੂਥ ਵਿੰਗ ਭਾਰਤ ਵੱਲੋਂ ਔਰਗਨਾਈਜੇਸ਼ਨ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਹੈ, ਜਿਹਦੇ ਵਿੱਚ ਅਸੀਂ ਕੋਈ ਤਕਰੀਬਨ 500 ਦੇ ਕਰੀਬ ਮਰੀਜ਼ਾਂ ਦਾ ਮੁਆਇਨਾ ਕਰਨਾ ਹੈ ਔਰ ਉਹਦੇ ਵਿੱਚ ਜਿਹੜੇ ਕੇਸਾਂ ਨੂੰ ਮੋਤੀਆਬਿੰਦ ਹੈ, ਸਫੇਦ ਮੋਤੀਆਬਿੰਦ ਹੈ, ਉਹਨਾਂ ਦੇ ਲੈਂਸ ਸਰਕਾਰ ਵੱਲੋਂ ਫ੍ਰੀ ਪਾਏ ਜਾਣਗੇ। ਇਹ ਸਾਰੇ ਓਪਰੇਸ਼ਨ ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਕੀਤੇ ਜਾਣਗੇ ਔਰ ਮੇਰੇ ਨਾਲ ਮੇਰੀ ਟੀਮ ਦੇ ਮੈਂਬਰ ਮੈਡਮ ਸ਼ੀਤਲਾ ਦੇਵੀ ਔਰ ਪ੍ਰਵੀਨ ਕੁਮਾਰ ਨਾਲ। ਅੱਖਾਂ ਚੈੱਕ ਕਰਾਉਣਾ? ਹਾਂਜੀ, ਅੱਖਾਂ ਗਰੀਬ ਹੈਗੇ ਬੇਟੇ, ਦੋ ਹੀ ਉਹ ਗੁਜ਼ਰ ਗਏ ਸੀ, ਇੱਕ ਨੂੰ ਅਟੈਕ ਹੋ ਗਿਆ, ਇੱਕ ਜਾਮਨਗਰ ਮਰ ਗਿਆ। ਇੱਕ ਹੈਗਾ ਉਹ ਛਦਈ, ਉਹ ਸ਼ਰਦਾਰੂ ਬੜਾ ਪੀਂਦਾ। ਅੱਖਾਂ ਮੈਂ ਬੇਨਤੀ ਕਰਦਾ ਵੀ ਮੇਰੀਆਂ ਅੱਖਾਂ ਬਣ ਜਾਣ, ਮਾੜਾ ਮੋਟਾ ਬੱਚੇ ਉਹਨਾਂ ਦੇ ਮੈਂ ਪਾਲਣਾ ਕੁਛ ਹੌਲੀ ਹੌਲੀ ਕਰ ਸਕਾਂ, ਤੁਰ ਕੇ ਉਹਨਾਂ ਨੂੰ ਲੈ ਨੂਰ ਹਸਪਤਾਲ। ਅੱਖਾਂ ਬਣਾਉਣਾ, ਅੱਖ ਖਰਾਬ ਹੋਈ ਪਰ ਦਾਰੂ ਜੋ ਮਾੜਾ ਜਿਹਾ ਦਿੱਤਾ ਦਹਾਂ ਕਰਦੀ, ਨਾ ਕਿਸੇ ਨੇ ਵੇਖੀ ਨਾ ਕੋਈ। ਨੂਰ ਹਸਪਤਾਲ ਬਹੁਤ ਸੋਹਣਾ ਵਧੀਆ।